ਹੈਲੋ ਦੋਸਤੋ ਪੰਜਾਬ ਪੁਲਿਸ ਦੇ ਅੰਦਰ ਇੰਟੈਲੀਜੈਂਟ ਸਿਸਟਮ ਕਨਸਟੇਬਲ ਦੀ ਵੈਕੈਂਸੀ ਆਈ ਸੀ ਸੀ ਜਿਸ ਦਾ ਰਿਜ਼ਲਟ ਆ ਚੁੱਕਿਆ ਅੱਜ ਹੀ ਫਿਜ਼ੀਕਲ ਟੈਸਟ ਲਈ ਵੀ ਕੈਂਡੀਡੇਟ ਨੂੰ ਬੁਲਾ ਲਿਆ ਵਾ ਬਾਕੀ ਉਹਦੇ ਰਿਗਾਰਡਿੰਗ ਇਗਜ਼ਾਮ ਦੇ ਰਿਗਾਰਡਿੰਗ ਇਨਫੋਰਮੇਸ਼ਨ ਆ ਜੀ ਪਹਿਲੀ ਤਾਂ ਗੱਲ ਹੈ ਕਿ ਉਹਦੇ ਵਿੱਚ ਫਿਜ਼ੀਕਲ ਟੈਸਟ ਕੀ ਕੀ ਹੋਣਾ ਜੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਉਹਨਾਂ ਦੇ ਮਿਲ ਕੇ ਦੋ ਕੈਡਰ ਆ ਜੀ ਮਿਲ ਕੇ ਵੱਖਰੀ ਵੱਖਰੀ ਜੇ ਕਈਆਂ ਦਾ ਇੰਟੈਲੀਜੈਂਟ ਸਿਸਟਮ ਦੇ ਵਿੱਚ ਵੀ ਨਾਮ ਹੋਊਗਾ ਕਿਉਂਕਿ ਜਿਨ੍ਹਾਂ ਕੋ ਕੰਪਿਊਟਰ ਦੀ ਡਿਗਰੀ ਹੋਊਗੀ ਤੇ ਉਹਨਾਂ ਦੇ ਦੋ ਮਿਲ ਕੇ ਹੋਣਗੇ ਜੀ ਫ ਤੇ ਬਾਕੀ ਕਿ ਤੁਸੀਂ ਅਪਨੇ ਅਕੋਰਡਿੰਗ ਦੇਖ ਸਕਦੇ ਹੋ ਲਿਸਟ ਵਿੱਚ ਜਿਹਦਾ ਵੀ ਨੇਮ ਆਇਆ ਹੋਊਗਾ ਤੇ ਪਹਿਲਾਂ ਤਾਂ ਆਪਾਂ ਫਿਜ਼ੀਕਲ ਦੀ ਟੈਸਟ ਦੀ ਗੱਲ ਕਰਦੇ ਹਾਂ ਫਿਜ਼ੀਕਲ ਕੀ ਕੀ ਹੋਣਾ ਪਹਿਲਾਂ ਤਾਂ ਤੁਹਾਡੀ ਹਾਈਟ ਹੋਣੀ ਚਾਹੀਦੀ ਹੈ ਜੀ ਇਟੈਲੀਜੈਂਸ ਕੈਡ ਤੇ ਇਨਵੈਸਟੀਗੇਸ਼ਨ ਕੈਡ ਦੋਨਾਂ ਦੀ ਮੇਲ ਦੀ 5 ਫੁੱਟ 5 ਇੰਚ ਤੇ ਜਿਹੜੀ ਕੁੜੀਆਂ ਦੀ ਹੈ ਜੀ 5 ਫੁੱਟ 1 ਇੰਚ ਜਿਹੜਾ ਤੁਹਾਡਾ ਫਿਜ਼ੀਕਲ ਹੀ ਕੁਆਲੀਫਾਈ ਨੇਚਰ ਦਾ ਵਾ ਤੇ ਜਿਹੜੀ ਵੀ ਤੁਹਾਡੀ ਮੈਰਿਡ ਵਗੈਰਾ ਬਾਨੀ ਹੋ ਸਿਰ ਤੁਹਾਡੇ ਨੰਬਰ ਤੇ ਬਾਨੀ ਆ ਇਸ ਗੱਲ ਨੂੰ ਸਾਰੇ ਤਿਆਰ ਰੱਖਣਾ ਤੇ ਜੇ ਜੇ ਤਾਂ ਆਪਾਂ ਗੱਲ ਕਰਦੇ ਆ ਜੀ ਇਹ ਫਿਜ਼ੀਕਲ ਟੈਸਟ ਦੇ ਕੀ ਕੀ ਹੋਊਗਾ ਜੀ 800 ਮੀਟਰ ਰੇਸ ਹੋਊਗੀ 4 ਮਿੰਟ ਇੱਕ ਚਾਂਸ ਦਿੱਤਾ ਹੈ ਨਾ ਲੌਂਗ ਜੰਪ ਬਾਈ 2.75 ਮੀਟਰ ਤਿੰਨ ਚਾਂਸ ਮਿਲਗੇ ਹਾਈ ਜੰਪ ਬਾਈ 1.90 ਮੀਟਰ ਤੇ ਜਿਹੜੇ ਐਕਸਰਸਾਈਜ਼ਮੈਨ ਆ ਜੀ ਸੌਰੀ ਉਹਨਾਂ ਦੀ 800 ਮੀਟਰ ਰੇਸ ਆ ਜੀ ਸਿਰਫ ਮਨ ਕੇ ਵਾਕ ਆ 6 ਮਿੰਟਾਂ 'ਚ ਤੇ ਜਿਹੜੇ ਫੀਵਲ ਕੈਂਡੀਡੇਟ ਆ ਜੀ ਇਹਨਾਂ ਦੀ 400 ਮੀਟਰ ਰੇਸ ਆ ਜੀ 2 ਮਿੰਟਾਂ 'ਚ ਲੌਂਗ ਜੰਪ ਬਾਈ 1.80 ਮੀਟਰ ਤਿੰਨ ਚਾਂਸ ਦਿੱਤੇ ਜਾਣਗੇ ਹਾਈ ਜੰਪ 0.75 ਤਾਂ ਇਹਦਾ ਗਾਜੀ ਫਿਜ਼ੀਕਲ ਇਹਦੇ ਨਾਲ ਤੁਸੀਂ ਆਪਣੇ ਸਾਰੇ ਡਾਕੂਮੈਂਟ ਲੈ ਕੇ ਜਾਣੇ ਆ ਜੀ ਜਿਨ੍ਹਾਂ ਵੀ ਕੈਂਡੀਟ ਨੇ ਅਪਲਾਈ ਕੀਤਾ ਆਵਾ ਜਿੱਦਾਂ ਮਨ ਲਓ ਜਿਨ੍ਹਾਂ ਨੇ ਕੰਪਿਊਟਰ ਵਾਲੀ ਡਿਗਰੀ ਦੇ ਲਈ ਅਪਲਾਈ ਕੀਤਾ ਆਵਾ ਉਹਨਾਂ ਦਾ ਕੰਪਿਊਟਰ ਵਾਲਾ ਸਰਟੀਫਿਕੇਟ ਜ਼ਰੂਰ ਲੈ ਕੇ ਜਾਣਗੇ ਜਾਂ ਜਿਨ੍ਹਾਂ ਨੇ ਓ ਲੈਵਲ ਦਾ ਸਰਟੀਫਿਕੇਟ ਵਗੈਰਾ ਹੈਗਾ ਜਿੰਨਾਂ ਤੋਂ ਤੇ ਬਾਕੀ ਹੈ ਕੀ ਉਹਦੇ ਨਾਲ ਤੁਸੀਂ ਆਪਣਾ ਡੇਟ ਆਫ ਬਰਥ ਸਰਟੀਫਿਕੇਟ 10ਵੀਂ 2 10ਵੀਂ ਦੇ ਪੰਜਾਬੀ ਪਾਸ ਦਾ ਸਰਟੀਫਿਕੇਟ ਤੁਹਾਡੇ ਜ਼ਰੂਰ ਹੋਵੇ ਤੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਜੀ ਇੱਕ ਅੱਧੇ ਤੁਹਾਡਾ ਹੋ ਗਿਆ ਆਈਡੀ ਪ੍ਰੂਫ ਠੀਕ ਆ ਇੱਕ ਹੋ ਗਿਆ ਕੁਆਲੀਫਿਕੇਸ਼ਨ ਤੇ ਜਿੰਨੇ ਸਰਟੀਫਿਕੇਟ ਹੈਗੇ ਆ ਜੀ ਤੁਹਾਡੇ 10ਵੀਂ ਹੋ ਗਿਆ +2 ਹੋ ਗਿਆ ਤੇ ਪੰਜਾਬੀ ਦੇ ਪ੍ਰੂਫ ਲਈ 10ਵੀਂ ਦੇ ਵਿੱਚ ਤੁਹਾਡੇ ਹੋਊਗਾ ਸਬਜੈਕਟ ਜੀ ਕਈਆਂ ਨੇ ਐਡੀਸ਼ਨਲ ਕੀਤੀ ਹੁੰਦੀ ਹੈ ਸਬਜੈਕਟ ਦੀ ਸਰਟੀਫਿਕੇਟ ਹੁੰਦਾ ਵੱਖਰਾ ਹੁੰਦਾ ਉਹਨਾਂ ਦਾ ਐਡੀਸ਼ਨਲ ਪੰਜਾਬੀ ਦਾ ਜਿੱਦਾਂ ਕਈਆਂ ਦਾ ਵੱਖਰਾ ਬੋਰਡ ਹੁੰਦਾ ਜੇ ਪੰਜਾਬੀ ਨਹੀਂ ਹੁੰਦੀ ਇਸ ਕਰਕੇ ਤੇ 10ਵੀਂ ਦੇ ਵਿੱਚ ਪੰਜਾਬੀ ਦਾ ਹੋ ਗਿਆ ਤੁਹਾਡਾ ਤੇ 10ਵੀਂ ਦਾ ਪਲੱਸ 2 ਦਾ ਤੇ ਜੋ ਵੀ ਤੁਸੀਂ ਕੁਆਲੀਫਿਕੇਸ਼ਨ ਆ ਕਿ ਗ੍ਰੈਜੂਏਸ਼ਨ ਕੀਤੀ ਹੋਈ ਆ ਕੰਪਿਊਟਰ ਦੀ ਗ੍ਰੈਜੂਏਸ਼ਨ ਕੀਤੀ ਆ ਮਾਸਟਰ ਕੀਤੀ ਹੋਈ ਵੀ ਤੁਸੀਂ ਦੇ ਲੈ ਕੇ ਜਾਣਾ ਸਾਰੇ ਲੈ ਕੇ ਜਾਣੇ ਆ ਕਿਉਂਕਿ ਕੋਈ ਵੀ ਡਾਕੂਮੈਂਟ ਛੱਡ ਕੇ ਜਾਣਾ ਇੱਕ ਰਾਈਟਨ ਸਰਟੀਫਿਕੇਟ ਲੈ ਕੇ ਜਾਣਾ ਮਿਲ ਗਈ ਜਿਹਨੂੰ ਡੋਮਿਸਾਈਲ ਕਹ ਦਿੰਦੇ ਆ ਜੀ ਉਹ ਪੱਕਾ ਲੈ ਕੇ ਜਾਣਾ ਤੇ ਜਨਰਲ ਕੈਟਾਗਰੀ ਨੂੰ ਛੱਡ ਕੇ ਜਿੰਨੇ ਵੀ ਕੈਟਾਗਰੀ ਨੇ ਆਪਣੀ ਕੈਟਾਗਰੀ ਵਿੱਚ ਅਪਲਾਈ ਕੀਤਾ ਵਾ ਐਕਸਰਸਮੈਨ ਹੋਗੇ ਜਾਂ ਕੋਈ ਵੀ ਹੋਗੇ ਆਪਣਾ ਡਾਕੂਮੈਂਟ ਲੈ ਕੇ ਜਾਣਗੇ ਸਾਰੇ ਉਹਦੇ ਪ੍ਰੂਫ ਤੇ ਫਾਰਮੈਟ ਤੁਹਾਨੂੰ ਪਤਾ ਹੋਊਗਾ ਕਿਹੜਾ-ਕਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਵਾ ਜਿਦਾ ACB C EWs ਹੋ ਗਿਆ ਆਪਣਾ ਸਰਟੀਫਿਕੇਟ ਲੈ ਕੇ ਜਾਣੇਗੇ ਕੈਟਾਗਰੀ ਵਾਲਾ ਤੇ ਬਾਕੀ ਜਿਹੜੇ ਵੀ ਇਨਫੋਰਮੇਸ਼ਨ ਤੁਹਾਡੇ ਐਡਮਿਟ ਕਾਰਡ ਦੇ ਵਿੱਚ ਵਿੱਚ ਹੀ ਲਿਖੀ ਹੋਈ ਆ ਜਦੋਂ ਤੁਸੀਂ ਜਾਓਗੇ ਫਿਜ਼ੀਕਲ ਟੈਸਟ ਦੇਣ ਤਾਂ ਆਪਣਾ ਫਿਜ਼ੀਕਲ ਟੈਸਟ ਐਡਮਿਟ ਕਾਰਡ ਲੈ ਕੇ ਜਨ ਨਾਲ ਆਈਡੀ ਪ੍ਰੂਫ ਲੈ ਕੇ ਜਨ ਨਾਲ ਡਾਕੂਮੈਂਟ ਸਾਰੇ ਲੈ ਕੇ ਜਾਣੇ ਆ ਜੀ ਵੈਸੇ ਤੁਹਾਡੇ ਸਾਰੇ ਇਨਸਟਰਕਸ਼ਨ ਵਗੈਰਾ ਤੁਹਾਡੇ ਐਡਮਿਟ ਕਾਰਡ ਤੇ ਵੀ ਲਿਖੀ ਹੋਈ ਫਿਜ਼ੀਕਲ ਦੇ ਵਿੱਚ ਤੁਸੀਂ ਇਹ ਕਰੀ ਉਸ ਨੂੰ ਜ਼ਰੂਰ ਧਿਆਨ ਰੱਖਣਾ ਬਾਕੀ ਆ ਫਿਜ਼ੀਕਲ ਨੂੰ ਜ਼ਰੂਰ ਤੁਸੀਂ ਧਿਆਨ ਰੱਖਣਾ ਵਾ ਜੀ ਕੀ ਫਿਜ਼ੀਕਲ ਹੈਗਾ ਤੁਹਾਡਾ ਤੇ 올 ది बेस्ट ਆਬ ਕੈਂਡੀਡੇਟ ਨੂੰ ਜਿਨ੍ਹਾਂ ਦਾ ਵੀ ਨੇਮ ਆਇਆ ਵਾ ਵਾਇਗਰੂ ਮੇਰ ਕਰਦਾ